ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਿਲਕੁਲ, ਅੱਜ ਸਕਿਨ ਕੇਅਰ ਬਾਰੇ ਗੱਲ ਕਰਨ ਵਾਲੇ ਹਾਂ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਚਲਨ ਹੈਗਾ ਸਕਿਨ ਕੇਅਰ ਦਾ, ਕਿ ਆਪਣੀ ਸਕਿਨ ਦਾ ਧਿਆਨ ਰੱਖਣਾ ਚਾਹੀਦਾ ਹੈ, ਕੁਛ ਸੋਹਣਾ ਲਗਾਉਣਾ ਚਾਹੀਦਾ ਹੈ। ਐਂਡ ਫਾਰਮਾਸਿਊਟੀਕਲ ਕੰਪਨੀਜ਼, ਰਾਦਰ ਕੋਸਮੈਟਿਕ ਕੰਪਨੀਜ਼ ਜਿਹੜੀਆਂ, ਉਹ ਪੂਰਾ ਫਾਇਦਾ ਉਠਾ ਰਹੀਆਂ ਉੱਥੇ। ਅਸੀਂ ਦੇਖਦੇ ਹਾਂ ਕਿ ਜਗ੍ਹਾ ਕਿਸੇ ਵੀ ਸਟੋਰ 'ਚ ਜਾਓ, ਯੂ ਬੰਬਾਰਡਡ ਵਿਦ ਸੋ ਮੱਚ ਪ੍ਰੋਡਕਟ, ਇੰਨੇ ਸਾਰੇ ਜ਼ਿਆਦਾ ਕ੍ਰੀਮਸ ਐਂਡ ਪ੍ਰੋਡਕਟਸ ਅਤੇ ਫੇਸ ਵਾਸ਼ਿਸ, ਸਕ੍ਰਬਸ ਮਾਰਕੀਟ ਵਿੱਚ ਆਈਆਂ ਹੋਈਆਂ ਕਿ ਇਟਸ ਓਵਰਵੈਲਮਿੰਗ। ਤੁਸੀਂ ਇੱਕਦਮ ਜਿਵੇਂ ਕੰਜ਼ਿਊਮ ਹੋ ਜਾਂਦੇ ਹੋ, ਅਗਰ ਤੁਸੀਂ ਕੁਛ ਨਾ ਸੋਚ ਕੇ ਚੱਲ ਰਹੇ ਹੋਵੋ ਤਾਂ ਬਿਲਕੁਲ ਤੁਸੀਂ ਕੰਜ਼ਿਊਮ ਹੋ ਜਾਂਦੇ ਉਹਦੇ 'ਚ ਕਿ ਹਾਂ ਇਹ ਤਾਂ ਲੈਣਾ ਹੀ ਹੈ, ਸਾਰੇ ਲਗਾਉਂਦੇ ਹੈ, ਇਹ ਤਾਂ ਬੜੀ ਅੱਛੀ ਚੀਜ਼ ਆਈ ਹੋਈ ਹੈ, ਲੈਣੀ ਹੈ। ਬਟ ਥੈਂਕਸ ਟੂ ਦਿਸ ਯੰਗ ਗਰਲ, ਉਹ ਸਾਨੂੰ ਰਿਮਾਈਂਡ ਕਰਾ ਰਹੀ ਹੈ ਕਿ ਕਾਫੀ ਕੁਛ ਮਾਰਕੀਟ ਵਿੱਚ ਹੈਗਾ, ਬਟ ਬਹੁਤ ਨੁਕਸਾਨ ਹੈ। ਅਸੀਂ ਸਿਰਫ ਸੋਚਦੇ ਹਾਂ ਸ਼ਾਇਦ ਬਈ ਬਹੁਤ ਸਾਰੀ ਪ੍ਰੋਡਕਟਸ ਲਗਾਉਣ ਨਾਲ ਨਾ ਕੋਈ ਐਲਰਜੀ ਹੋ ਜਾਏਗੀ, ਕੋਈ ਸੂਟ ਨਹੀਂ ਕਰੇਗਾ, ਬਟ ਨਹੀਂ, ਉਸ ਤੋਂ ਅੱਗੇ ਜਾਂਦੀ ਹੈ ਗੱਲ। ਅਸੀਂ ਸਿੰਪਲ ਇਗਜ਼ਾਮਪਲ ਹੈ ਕਿ ਅਸੀਂ ਦਰਦ ਹੁੰਦੀ ਹੈ ਕੋਈ ਓਇੰਟਮੈਂਟ ਲਗਾਉਂਦੇ ਹਾਂ ਅਤੇ ਉਹ ਐਬਜ਼ੋਰਬ ਹੋ ਰਹੀ ਹੈ ਤਾਂ ਕਰਕੇ ਹੀ ਅਸੀਂ ਠੀਕ ਫੀਲ ਕਰਦੇ ਹਾਂ ਉਹਦੇ ਨਾਲ। ਹੋਰ ਵੀ ਬੜੀਆਂ ਜਿਹੜੀਆਂ ਚੀਜ਼ਾਂ ਹੈ ਜਿਹੜੀਆਂ ਓਇੰਟਮੈਂਟਸ ਦੇ ਨਾਲ ਤੁਸੀਂ ਠੀਕ ਕਰਦੇ ਹੋ। ਸੋ ਸਕਿਨ ਜਿਹੜੀ ਹੈ ਉਹ ਐਬਜ਼ੋਰਬ ਕਰਨ ਦਾ ਇੱਕ ਸਭ ਤੋਂ ਵੱਡਾ ਉਹਨਾਂ ਔਰਗਨ ਹੈ ਸਾਡੀ ਬੋਡੀ ਦਾ। ਸੋ ਜੋ ਅਸੀਂ ਲਗਾਉਂਦੇ ਹਾਂ ਉਹ ਸਾਰਾ ਕੁਛ ਐਬਜ਼ੋਰਬ ਹੋ ਰਿਹਾ, ਇਹ ਭੁੱਲੀਏ ਨਾ। ਔਰ ਦੂਸਰਾ ਕਿ ਖਾਲੀ ਐਲਰਜੀਜ਼ ਦੀ ਗੱਲ ਨਹੀਂ ਹੈ, ਖਾਲੀ ਸੂਟ ਕਰਨ ਦੀ ਗੱਲ ਨਹੀਂ ਹੈ, ਸਾਰਾ ਜਿਹੜਾ ਐਂਡੋਕ੍ਰਾਈਨ ਸਿਸਟਮ ਹੈ ਜਿਹੜਾ ਕਿ ਹਾਰਮੋਨਲ ਲੈਵਲ ਸਾਰਾ ਇਮਬੈਲੈਂਸ ਹੋ ਜਾਂਦਾ, ਉਹ ਧਿਆਨ ਹੀ ਨਹੀਂ ਆਉਂਦਾ ਕਿ ਇਹ ਵੀ ਹੋ ਸਕਦਾ ਕਿ ਅਸੀਂ ਤਾਂ ਬਾਹਰ ਹੀ ਲਗਾ ਰਹੇ ਹਾਂ, ਕਿਹੜਾ ਖਾ ਰਹੇ ਹਾਂ। ਬਟ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਸਾਡਾ ਹਾਰਮੋਨਲ ਇਮਬੈਲੈਂਸ ਕਰਦੀਆਂ, ਐਂਡੋਕ੍ਰਾਈਨ ਸਿਸਟਮ ਨੂੰ ਉੱਪਰ ਥੱਲੇ ਕਰ ਦਿੰਦੀਆਂ ਨੇ, ਉਹਨੂੰ ਪੂਰਾ ਆਪਣੇ ਤਰੀਕੇ ਨਾਲ ਚੱਲਣ ਦੇ ਵਿੱਚ ਜਿਹੜਾ ਹੈ ਉਹ ਇੱਕ ਹਿੰਡਰੈਂਸ ਵਾਕਣ ਕੰਮ ਕਰਦੀਆਂ। ਸੋ ਇਹ ਸਾਰੀਆਂ ਚੀਜ਼ਾਂ ਵੱਲ ਜਦੋਂ ਧਿਆਨ ਆਇਆ ਕਿ ਐਂਡ ਵਾਕਈ ਟੂ ਬੀ ਓਨੈਸਟ, ਮੈਂ ਇਹਦੇ ਬਾਰੇ ਜਦੋਂ ਰਿਸਰਚ ਕਰ ਰਹੀ ਸੀ ਤਾਂ ਕਈ ਚੀਜ਼ਾਂ ਐਸੀਆਂ ਪਤਾ ਲੱਗ ਰਹੀ ਸੀ ਜਿਹੜੀ ਯੂ ਡੋਂਟ ਰਿਅਲਾਈਜ਼, ਯੂ ਡੋਂਟ ਨੋ ਸਮ ਆਫ ਦੈਮ, ਐਂਡ ਸਮ ਯੂ ਡੋਂਟ ਰਿਅਲਾਈਜ਼ ਕਿ ਹੋਏ ਇਹ ਤਾਂ ਅਸੀਂ ਧਿਆਨ ਹੀ ਨਹੀਂ ਕੀਤਾ, ਐਂਡ ਦੇ ਆਰ ਲਾਈਕ ਕਾਮਨ ਫੈਕਟਸ। ਬਟ ਜਸਟ ਬਿਕੋਜ਼ ਕਿ ਇੱਕ ਟ੍ਰੈਂਡ ਹੈ, ਕਿ ਪਹਿਲੇ ਇੰਨਾ ਮੇਕਅਪ ਔਰ ਫਿਰ ਮੇਕਅਪ ਨੂੰ ਵਾਸ਼ ਕਰਨ ਦੀਆਂ ਚੀਜ਼ਾਂ, ਫਿਰ ਉਹਨੂੰ ਟੋਨਰਸ ਜਿਹੜੇ ਕਿ ਫਿਰ ਉਹਨੂੰ ਸਕਿਨ ਨੂੰ ਠੀਕ ਕਰਨ ਦੇ, ਪਰ ਸਾਰੇ ਜਿਹੜੇ ਮਾਰਕੀਟ ਦੇ ਵਿੱਚ ਪ੍ਰੋਡਕਟਸ ਹੈਗੇ ਆ ਉਹਦੇ ਵਿੱਚ ਬੜੇ ਸਾਰੇ ਕੈਮੀਕਲਸ, ਤੁਸੀਂ ਕਦੀ ਇਨਗਰੀਡੀਅੰਟਸ ਪੜ੍ਹੋ ਨਾ ਤਾਂ ਉਹ ਪੜ੍ਹੇ ਵੀ ਨਹੀਂ ਜਾਂਦੇ ਪੂਰੇ। ਸੋ ਇੱਕ ਤਾਂ ਥੰਮ ਰੂਲ ਇਹ ਹੈ ਕਿ ਜਿਹੜੀਆਂ ਚੀਜ਼ਾਂ ਇੰਨੀਆਂ ਮੁਸ਼ਕਿਲਾਂ ਨਾਲ ਪੜ੍ਹੀਆਂ ਜਾ ਰਹੀਆਂ ਔਰ ਇੰਨੀਆਂ ਸਾਰੀਆਂ ਹੈ, ਉਹ ਆਪਣੀ ਸਕਿਨ ਦੇ ਵਿੱਚ ਅਸੀਂ ਪਹਿਲੇ ਸੋਚ ਸਮਝ ਕੇ ਲਗਾਈਏ। ਬਟ ਇੱਥੋਂ ਗੱਲ ਆਉਂਦੀ ਹੈ ਕਿ ਕਿਹੜੀ ਸਾਡੇ ਜਿਹੜੀ ਮਦਰਸ, ਗ੍ਰੈਂਡ ਮਦਰਸ, ਉਹਨਾਂ ਨੇ ਇਹ ਸਾਰੇ ਪ੍ਰੋਡਕਟਸ ਤੋਂ ਬਿਨਾਂ ਉਹ ਕਿੰਨੇ ਸੋਹਣੇ ਲੱਗਦੇ ਸੀ, ਬਟ ਉਹ ਸਾਰੀਆਂ ਚੀਜ਼ਾਂ ਘਰੋਂ ਹੀ ਕੋਈ ਨਾ ਕੋਈ ਚੀਜ਼ ਲਗਾਉਂਦੇ ਸੀ। ਸੋ ਅੱਜ ਉਹੀ ਸ਼ੇਅਰ ਕਰਨ ਵਾਲੇ ਹਾਂ ਕਿ ਕੀ ਚੀਜ਼ਾਂ ਹੈ ਜਿਹੜੀਆਂ ਕਿ ਸਾਡੇ ਬਿਲਕੁਲ ਅਵੇਲੇਬਲ ਹੈ, ਘਰਾਂ 'ਚ ਅਵੇਲੇਬਲ ਹੈ, ਕਿਚਨ 'ਚ ਅਵੇਲੇਬਲ ਹੈ, ਉਹ ਅਸੀਂ ਲਗਾ ਕੇ ਸੋਹਣੇ ਵੀ ਲੱਗ ਸਕਦੇ ਹਾਂ, ਸਕਿਨ ਨੂੰ ਹੈਲਦੀ ਵੀ ਬਣਾ ਸਕਦੇ ਹਾਂ, ਐਂਡ ਜਿਹੜਾ ਸਾਡਾ ਬੋਡੀ ਦਾ ਨੈਚੁਰਲ ਇਮਿਊਨ ਸਿਸਟਮ ਹੈ, ਨੈਚੁਰਲ ਹਾਰਮੋਨਲ ਜਿਹੜਾ ਸਿਸਟਮ ਹੈਗਾ ਉਹਨੂੰ ਇਮਬੈਲੈਂਸ ਵੀ ਨਾ ਕਰੀਏ, ਉਹਨੂੰ ਜਿਵੇਂ ਇੰਟਰਫੇਰੈਂਸ ਵੀ ਨਾ ਕਰੀਏ, ਇਹ ਬੜਾ ਫਾਇਦਾ ਹੈ। ਦੂਜੀ ਗੱਲ ਇਹ ਵੀ ਜ਼ਰੂਰ ਹੈ ਕਿ ਇਹ ਸਾਰੇ ਜਿਹੜੇ ਪ੍ਰੋਡਕਟਸ ਨੇ ਉਹ ਬਣਾਉਣ ਤੋਂ ਲੈ ਕੇ ਦ ਕਲਰਸ, ਦ ਫਰੈਗਰੈਂਸਿਸ, ਦ ਜੋ ਵੀ ਉਹਦੇ ਵਿੱਚ ਪ੍ਰੋਸੈਸ ਹੈਗਾ, ਉਹਨਾਂ ਦੀਆਂ ਜਿਹੜੀਆਂ ਮਾਰਕੀਟਿੰਗ ਕਰਨ ਵਾਸਤੇ ਉਹਨਾਂ ਦੀ ਪਲਾਸਟਿਕ ਬੋਟਲਸ ਹੈਗੀਆਂ, ਸਾਰਾ ਪ੍ਰੋਸੈਸ ਜਿਹੜਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਹੈ, ਈਵਨ ਡਿਸਪੋਜ਼ਲ, ਉਹ ਇਨਵਾਇਰਮੈਂਟ ਵਾਸਤੇ ਬਹੁਤ ਮਾੜਾ। ਸੋ ਕਿੰਨਾ ਪਲਾਸਟਿਕ ਇਕੱਠਾ ਹੋ ਰਿਹਾ ਉਸ ਚੱਕਰ ਦੇ ਵਿੱਚ, ਔਰ ਜਦੋਂ ਸ਼ੁਰੂ 'ਚ ਬਣਾਉਂਦੇ ਨੇ ਤਾਂ ਕੀ ਚੀਜ਼ਾਂ ਉਹਨੂੰ, ਕਿਉਂਕਿ ਉਹ ਸਾਨੂੰ ਠੀਕ ਲੱਗੇ ਕ੍ਰੀਮ, ਉਹਦੀ ਸ਼ਕਲ ਵੀ ਸੋਹਣੀ ਹੋਣੀ ਚਾਹੀਦੀ ਹੈ, ਉਹਦੀ ਸ਼ੈਲਫ ਲਾਈਫ, ਪ੍ਰੈਜ਼ਰਵੇਟਿਵਸ ਇੰਨੇ ਹੈ ਕਿ ਉਹ ਤਾਂ ਕਿ ਇੱਕਦਮ ਖਰਾਬ ਨਾ ਹੋ ਜਾਏ। ਸੋ ਉਹ ਸਾਰੀਆਂ ਚੀਜ਼ਾਂ ਦੇ ਜਿਹੜੇ ਪ੍ਰੋਸੈਸ ਹੈ, ਬਲੀਚ ਕਰਨਾ, ਫਿਰ ਉਹਨੂੰ ਕਲਰ ਪਾਉਣਾ, ਫਿਰ ਫਰੈਗਰੈਂਸ ਪਾਉਣਾ, ਉਹ ਸਾਰਿਆਂ ਦੇ ਵਿੱਚ ਇੰਨਾ ਪ੍ਰੋਸੈਸਿੰਗ ਹੋਈ ਹੋਈ ਹੈ ਕਿ ਅਸੀਂ ਇਹ ਚੀਜ਼ ਭੁੱਲ ਜਾਂਦੇ ਹਾਂ। ਸੋ ਬਹੁਤ ਜ਼ਰੂਰੀ ਹੈ ਅੱਜ ਇਹਦੇ ਬਾਰੇ ਗੱਲ ਕਰੀਏ, ਔਰ ਇੱਕ ਫਨ ਵੇ ਹੈ ਇੱਕ ਦੂਜੇ ਨੂੰ ਰਿਮਾਈਂਡ ਕਰਾਉਣ ਦਾ ਕਿ ਇਹ ਸਾਰੇ ਜਿਹੜੀਆਂ ਚੀਜ਼ਾਂ ਹੈ, ਪ੍ਰੋਡਕਟਸ ਜਿਹੜੇ ਕਿ ਮੈਨੂਫੈਕਚਰਡ, ਫੈਕਟਰੀ ਮੈਨੂਫੈਕਚਰਡ ਹੈਗੇ ਆ, ਉਹਨਾਂ ਨਾਲੋਂ ਬੜੀਆਂ ਹੋਰ ਚੀਜ਼ਾਂ ਜਿਹੜੀਆਂ ਹਜ਼ਾਰਾਂ ਗੁਣਾ ਉਹਨਾਂ ਚੀਜ਼ਾਂ ਤੋਂ ਅੱਛੀਆਂ। ਸੋ ਕਿਹੜੀਆਂ ਨੇ ਇਹ ਇੱਕ ਦੂਜੇ ਨਾਲ ਸ਼ੇਅਰ ਵੀ ਕਰੀਏ, ਕਿਉਂਕਿ ਸਕਿਨ, ਹੇਅਰ, ਨੇਲਸ, ਇਹ ਸਾਰੀਆਂ ਚੀਜ਼ਾਂ ਦਾ, ਈਵਨ ਦੰਦ, ਟੀਥ, ਸਾਰੀਆਂ ਚੀਜ਼ਾਂ ਦਾ ਧਿਆਨ ਅਸੀਂ ਰੱਖ ਸਕਦੇ ਹਾਂ ਘਰੋਂ ਚੀਜ਼ਾਂ ਲੱਭ ਕੇ।
ਜ਼ਰੂਰ ਕਾਲ ਕਰੋ, ਮੈਂ ਵੀ ਜ਼ਰੂਰ ਸ਼ੇਅਰ ਕਰਾਂਗੀ ਜੋ ਵੀ ਮੈਨੂੰ ਸਮਝ ਆਈ ਹੈ, ਜੋ ਵੀ ਸਾਰਿਆਂ ਤੋਂ ਪੁੱਛਿਆ ਮੈਂ। ਸੋ ਤੁਸੀਂ ਵੀ ਆਪਣੀ ਗੱਲਾਂ ਸ਼ੇਅਰ ਕਰੋ, ਲੈਟਸ ਸੀ ਸਾਰੇ ਕੀ ਕਹਿ ਰਹੇ ਹੈ। ਸਿੱਧਾ ਵੀ ਜਸਟ ਟੇਕ ਅ ਕਾਲ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਮੈਂ ਦੱਸਣਾ ਚਾਹੁੰਦਾ ਕਿ ਸਕਿਨ ਵਾਸਤੇ, ਮੈਂ ਗੁਰਦੀਪ ਸੰਧਰ ਬੋਲਦਾ। ਹਾਂਜੀ ਹਾਂਜੀ, ਸਵਾਗਤ ਹੈ ਜੀ, ਦੱਸੋ ਕੀ ਦੱਸਦੇ ਹੋ। ਮੈਂ ਉਦਣ ਵੀ ਇੱਕ ਦਿਨ ਗੱਲ ਕੀਤੀ ਸੀ ਕਿ ਮੇਰੀ ਚਮੜੀ ਬਹੁਤ ਵਧੀਆ ਹੈ। ਮੈਂ ਕਦੇ ਕੋਈ ਇਹੋ ਜਿਹਾ ਪਦਾਰਥ ਆ ਜਿਹੜੇ ਬਾਜ਼ਾਰਾਂ ਚ ਵਿਕਦੇ ਆ ਨਾ, ਕਦੇ ਵੀ ਪ੍ਰਯੋਗ ਨਹੀਂ ਕੀਤਾ, ਤੇ ਮੇਰੇ ਬੱਚੇ ਵੀ ਬਹੁਤ ਘੱਟ ਕਰਦੇ ਆ ਪ੍ਰਯੋਗ, ਔਰ ਬੜੀ ਵਧੀਆ ਚਮੜੀ ਹੈ ਸਾਰਿਆਂ ਦੀ। ਆਈ ਰਿਮੈਂਬਰ ਯੂ ਸੈਡ ਇਟ, ਦੱਸੋ ਸੀਕ੍ਰੇਟ ਕੀ ਹੈ ਫਿਰ ਤੁਹਾਡਾ। ਇੱਕ ਮੈਂ ਆਪਣੇ ਮੇਰੇ ਦਾਦਾ ਜੀ ਨੂੰ ਮੈਂ ਬਚਪਨ ਤੋਂ ਦੇਖਦਾ ਸੀ, ਜਦੋਂ ਨਹਾਉਂਦੇ ਸੀ ਤੇ ਜਦੋਂ ਉਹਨੇ ਪੂਰਾ ਨਹਾ ਲੈਣਾ, ਸਾਬਣ ਸੁਬਣ ਲਾ ਲਿਆ ਸਾਰਾ ਕੁਛ, ਫਿਰ ਉਹਨੇ ਤੇਲ ਲਾ ਕੇ ਪਿੰਡੇ ਤੇ ਉਤੋਂ ਦੀ ਫਿਰ ਪਾਣੀ ਪਾ ਲੈਣਾ, ਉਹ ਸਰੀਰ ਉਹਨਾਂ ਦਾ ਹੈ ਮੋਇਸਚਰਾਈਜ਼ ਜਿਹਾ ਨਜ਼ਰ ਆਉਂਦਾ ਹੁੰਦਾ ਸੀ। ਉਹੀ ਉਹੀ ਚੀਜ਼ ਮੈਂ ਵੀ ਕਰਦਾ ਹਾਂ, ਤੇ ਉਹ ਸਰੋਂ ਦਾ ਤੇਲ ਮੈਂ ਜਦੋਂ ਨਹਾ ਲੈਣਾ ਉਹ ਲਾਉਣਾ, ਉਹਦੇ ਨਾਲ ਬਹੁਤ ਵਧੀਆ ਮੇਰਾ ਚਮੜੀ ਰਹੀ ਆ ਅੱਜ ਤੱਕ। ਬਾਕੀ ਨਿੰਬੂ ਜਿਹੜਾ ਹੁੰਦਾ ਆ, ਇਹ ਨਿੰਬੂ ਚ ਵਿਟਾਮਿਨ ਸੀ ਦੇ ਨਾਲ ਨਾਲ ਐਂਟੀ ਆਕਸੀਡੈਂਟ ਗੁਣ ਹੁੰਦਾ ਹੈ, ਇਸ ਨਾਲ ਚਮੜੀ ਦੇ ਦਾਗ ਧੱਗੇ ਧੱਬੇ ਸਾਫ਼ ਹੋ ਜਾਂਦੇ ਆ, ਬਿਲਕੁਲ। ਹਾਂਜੀ। ਦੂਜਾ ਹੈਗਾ ਖੀਰਾ, ਖੀਰਾ ਜਿਹੜਾ ਇਹ ਚਮੜੀ ਲਈ ਬਹੁਤ ਵਧੀਆ, ਇਹਦਾ ਇਹਨੂੰ ਓਦਾਂ ਵੀ ਖਾ ਸਕਦੇ ਆ ਤੇ ਰਸ ਬਣਾ ਕੇ ਵੀ ਪੀ ਸਕਦੇ ਆ। ਬਾਕੀ ਝੁਰੜੀਆਂ ਤੋਂ ਬਚਣ ਲਈ ਅਖਰੋਟ ਤੇ ਪੱਤੇਦਾਰ ਸਬਜ਼ੀਆਂ ਖਾਓ, ਤੇ ਦੇਸੀ ਘਿਓ ਜ਼ਰੂਰ ਖਾਓ, ਪਰ ਲਿਮਿਟਡ ਮਾਤਰਾ ਵਿੱਚ ਖਾਓ, ਪਰ ਉਹ ਦੇਸੀ ਘਿਓ ਵੀ ਚਮੜੀ ਲਈ ਬਹੁਤ ਵਧੀਆ ਕੰਮ ਕਰਦਾ ਹੈ। ਬਾਕੀ ਇੱਕ ਨੁਸਖਾ ਮੈਂ ਦੱਸਦਾ, ਅਲਸੀ ਤੇ ਮਿੱਠਾ ਸੋਡਾ, ਅਲਸੀ ਨੂੰ ਭੁੰਨ ਕੇ ਤੇ ਪੀਸ ਕੇ ਰੱਖ ਲਵੋ, ਹਲਕੀ ਭੁੰਨਣੀ ਅਲਸੀ, ਤੇ ਪਾਣੀ ਖੂਬ ਕਰਦੇ ਗਰਮ ਕਰਦੇ ਸਮੇ ਇੱਕ ਚਮਚ ਪਿਸੀ ਹੋਈ ਅਲਸੀ ਦਾ ਪਾ ਦਿਓ। ਜਦੋਂ ਪਾਣੀ ਖੂਬ ਗਰਮ ਹੋਵੇ ਤਾਂ ਗੈਸ ਬੰਦ ਕਰੋ ਅਤੇ ਦੋ ਚੁਟਕੀ ਖਾਣਾ ਪਕਾਉਣ ਵਾਲਾ ਮਿੱਠਾ ਸੋਡਾ ਪਾ ਦਿਓ ਤੇ ਗੁਣਗੁਣਾ ਪਾਣੀ ਪੀਓ। ਪਰ ਪਾਣੀ ਜਿਸ ਵੇਲੇ ਪੀਣਾ ਆ, ਹਮੇਸ਼ਾ ਹਮੇਸ਼ਾ ਜ਼ਿੰਦਗੀ ਦੇ ਵਿੱਚ ਪੱਕਾ ਘੁੱਟ ਘੁੱਟ ਕਰਕੇ ਪੀਣਾ, ਜਿੱਦਾਂ ਆਪਾਂ ਚਾਹ ਪੀਂਦੇ ਹਾਂ, ਔਰ ਕਦੇ ਵੀ ਖਾਣਾ ਖਾਣ ਤੋਂ ਇੱਕ ਘੰਟਾ ਪਾਣੀ ਪਹਿਲਾਂ ਜਿੰਨਾ ਮਰਜ਼ੀ ਪੀ ਲਓ, ਔਰ ਖਾਣਾ ਖਾਣ ਦੇ ਬਾਅਦ ਇੱਕ ਘੰਟੇ ਬਾਅਦ ਜਿੰਨਾ ਮਰਜ਼ੀ ਪਾਣੀ ਪੀਓ। ਪਰ ਇਹ ਜਿਹੜਾ ਪਾਣੀ ਪਿੱਛੇ ਅਲਸੀ ਵਾਲਾ ਬਣਾਇਆ, ਇਹ ਵੀ ਇੱਕ ਘੰਟੇ ਦੇ ਬਾਅਦ ਹੀ ਪੀਣਾ ਆ, ਪਰ ਗੁਣਗੁਣਾ ਪਾਣੀ ਪੀਣਾ ਆ। ਠੀਕ ਹੈ ਜੀ, ਬਹੁਤ ਵਧੀਆ, ਬਹੁਤ ਸਾਰੇ ਮੇਰੇ ਮੇਰੇ ਕੋਲ ਤੇ ਇਹੀ ਚਾਰ ਪੰਜ ਹੈਗੇ ਸੀ ਤੇ ਇਹਨਾਂ ਦਾ ਪ੍ਰਯੋਗ। ਕਈ ਲੜਕੀਆਂ ਨੇ ਆਪਣੀ ਚਮੜੀ ਬਹੁਤ ਮੈਂ ਦੇਖਦਾ ਖਰਾਬ ਕਰ ਲਈ ਆ, ਬਾਅਦ ਚ ਰੋਂਦੀਆਂ ਆ ਵਿਚਾਰੀਆਂ, ਤੇ ਬੰਦਿਆਂ ਦੀ ਵੀ ਕਈਆਂ ਦੀ, ਤੇ ਇਹ ਜੇ ਚੀਜ਼ਾਂ ਦਾ ਆਪਾਂ ਦੇਸੀ ਵਰਤੋਂ ਕਰੀਏ ਤੇ ਵਧੀਆ ਹੋ ਸਕਦਾ। ਬਹੁਤ ਵਧੀਆ ਜੀ, ਥੈਂਕ ਯੂ ਸੋ ਮਚ ਗੁਰਦੀਪ ਜੀ, ਬੜੀਆਂ ਸਾਰੀਆਂ ਚੀਜ਼ਾਂ ਇਹਨਾਂ ਨੇ ਸੁਜੈਸਟ ਕੀਤੀਆਂ। ਆਈ ਐਮ ਸ਼ੋਰ ਤੁਸੀਂ ਨੋਟਬੁੱਕ ਲੈ ਕੇ ਬੈਠੇ ਹੋਣੇ ਹੋ ਸਾਰੇ, ਔਰ ਜ਼ਰੂਰ ਨੋਟ ਕਰ ਰਹੇ ਹੋ, ਕਿਉਂਕਿ ਕਈ ਖਾਸ ਤੌਰ 'ਤੇ ਉਹ ਜਿਨ੍ਹਾਂ ਨੇ ਆਪਣੇ ਆਪ ਦੇ ਉੱਤੇ ਅਜ਼ਮਾਇਆ ਹੋਇਆ, ਜਿਵੇਂ ਗੁਰਦੀਪ ਜੀ ਨੇ ਕਿਹਾ ਕਿ ਖੁਦ ਨਹੀਂ ਕੋਈ ਕੈਮੀਕਲ ਪ੍ਰੋਡਕਟਸ ਖੁਦ ਨਹੀਂ ਯੂਜ਼ ਕੀਤੇ ਹੋਏ, ਔਰ ਨੈਚੁਰਲ ਜਿਹੜੀਆਂ ਚੀਜ਼ਾਂ ਉਹ ਤੁਹਾਨੂੰ ਦੱਸ ਰਹੇ ਨੇ, ਤੁਸੀਂ ਵੀ ਸਾਰੇ ਜ਼ਰੂਰ ਸ਼ੇਅਰ ਕਰੋ। ਔਰ ਕਿਉਂ ਇੰਪੋਰਟੈਂਟ ਹੈ ਇਹਦੀ ਵੀ ਥੋੜ੍ਹੀ ਜਿਹੀ ਜ਼ਰੂਰ ਗੱਲ ਕਰਾਂਗੇ। ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ।